ईश्वर का द्वार, धर्म का द्वार, मोक्ष द्वार संकीर्ण है, सूक्ष्म है। ਸਿਮਰਤੀ ਦੇ ਗਹਿਰੇ ਤੋਂ ਗਹਿਰੇ ਤਲ ਦੇ ਚ ਵੀ ਚਲੇ ਜਾਈਏ, ਦੁੱਖਾਂ ਦੀ ਯਾਦ ਹੈ, ਸੁੱਖਾਂ ਦੀ ਯਾਦ ਹੈ, ਪਰਮਾਤਮਾ ਦੀ ਯਾਦ ਕੋਈ ਨਹੀਂ। ਹਜ਼ਾਰਾਂ ਮਨੁੱਖਾਂ ਦਾ ਅਧਿਐਨ ਕਰਨ ਤੇ ਇਸ ਨਤੀਜੇ ਤੇ ਪਹੁੰਚਿਆ, ਸਿਮਰਤੀ ਦੇ ਸਿਰਫ ਦੁੱਖ ਹੁੰਦਾ ਹੈ, ਸੁੱਖ ਹੁੰਦਾ ਹੈ, ਪਰਮਾਤਮਾ ਨਹੀਂ। ਸੰਸਾਰ ਤੋਂ ਕੋਈ ਚੋਟ ਪਹੁੰਚੀਏ, ਸਿਮਰਤੀ ਦਾ ਹਿੱਸਾ ਬਣ ਜਾਂਦਾ। ਕੁਛ ਮਿਲਿਆ ਤੇ ਬੜਾ ਸੁੱਖ ਮਿਲਿਆ, ਸਿਮਰਤੀ ਦਾ ਹਿੱਸਾ ਬਣ ਜਾਂਦਾ। ਸੁੱਖ ਆਪਣੀ ਛਾਪ ਛੋੜ ਜਾਂਦਾ, ਦੁੱਖ ਆਪਣੀ ਛਾਪ ਛੋੜ ਜਾਂਦਾ, ਸਿਮਰਤੀ ਦਾ ਹਿੱਸਾ ਬਣ ਜਾਂਦਾ, ਚੇਤੇ ਸ਼ਕਤੀ ਦਾ ਹਿੱਸਾ ਬਣ ਜਾਂਦੀ ਹੈ। ਹੁਣ ਮੈਂ ਅਰਜ਼ ਕਰਾਂ, ਵੇਖਣ ਸ਼ਕਤੀ, ਸੁਣਨ ਸ਼ਕਤੀ, ਬੋਲਣ ਸ਼ਕਤੀ, ਸਪਰਸ਼ ਤੇ ਸੁੰਘਣ ਸ਼ਕਤੀ ਦੇ ਨਾਲ ਨਾਲ ਮਹਾਨ ਸ਼ਕਤੀ ਪਰਿਪੂਰਨ ਪਰਮਾਤਮਾ ਨੇ ਸਾਨੂੰ ਦਿੱਤੀ ਹੈ, ਚੇਤੇ ਸ਼ਕਤੀ। ਹੁਣ ਮੈਂ ਦੂਸਰਾ ਸਫ਼ਾ ਤੁਹਾਡੇ ਸਾਹਮਣੇ ਰੱਖਣ ਲੱਗਾ। ਮਾਂ ਤੇ ਨਹੀਂ ਰਹੀ, ਮਾਂ ਯਾਦ ਆ ਰਹੀ ਹੈ, ਪਰਮਾਤਮਾ ਹੈ ਯਾਦ ਨਹੀਂ ਆ ਰਿਹਾ। ਪਿਤਾ ਤੇ ਨਹੀਂ ਰਿਹਾ, ਯਾਦ ਆ ਰਿਹਾ, ਪਰਮਾਤਮਾ ਹੈ ਯਾਦ ਨਹੀਂ ਆ। ਦਾਦੀ ਤੇ ਨਹੀਂ ਰਹੀ, ਯਾਦ ਆ ਰਹੀ, ਦਾਦਾ ਤੇ ਨਹੀਂ ਰਿਹਾ, ਯਾਦ ਆ ਰਿਹਾ। ਜੈਸੇ ਸਿਮਰਤੀ ਪਿੱਛੇ ਚਲੀ ਜਾਏ, ਹੁਣ ਦਾਸ ਪਿੱਛੋਂ ਜਿਸ ਇਲਾਕੇ 'ਚੋਂ ਆਇਆ, ਪਾਕਿਸਤਾਨ ਫਰੰਟੀਅਰ ਦਾ ਇਲਾਕਾ, ਉਹ ਘਰ ਅਜੇ ਵੀ ਯਾਦ ਆਉਂਦਾ। ਨਨਕਾਣਾ ਸਾਹਿਬ ਜਬ ਗਏ, ਦਿੱਲੀ ਦੇ ਇੱਕ ਬਿਰਧ ਮਾਤਾ ਕਹਿਣ ਲੱਗੇ, ਮੈਨੂੰ ਇੱਥੇ ਗੁਜਰਾਂ ਵਾਲਾ ਯਾਦ ਆ ਰਿਹਾ, ਜਾਣਾ ਹੈ। ਉਹਨਾਂ ਦਿਨਾਂ 'ਚ ਬੰਦਿਸ਼ ਬੜੀ ਸੀ, ਜਿੱਥੋਂ ਦਾ ਵੀਜ਼ਾ ਮਿਲਿਆ, ਵੀਜ਼ਾ ਸਿਰਫ ਨਨਕਾਣੇ ਸਾਹਿਬ ਦਾ, ਉਹਨਾਂ ਦਿਨਾਂ 'ਚ ਹਾਲਾਤ ਠੀਕ ਨਹੀਂ ਸਨ, ਗੁਜਰਾਂ ਵਾਲਾ ਜਾਣਾ ਔਖਾ। ਭਾਵੇਂ ਮੈਂ ਕਿਹਾ, ਮੈਂ ਕਿ ਮਾਤਾ ਆਈ ਤੂੰ ਨਨਕਾਣਾ ਸਾਹਿਬ ਹੈ, ਯਾਦ ਆਉਣਾ ਚਾਹੀਦਾ ਗੁਰੂ ਨਾਨਕ, ਪਰ ਗੁਜਰਾਂ ਵਾਲਾ ਯਾਦ ਆ ਰਿਹਾ। ਕਹਿੰਦੇ ਕੀ ਕਰੀਏ, ਉਹਨਾਂ ਗਲੀਆਂ 'ਚ ਖੇਡੇ ਸੀ, ਜੰਮੇ ਸੀ, ਪੱਲੇ ਸੀ, ਘਰ ਯਾਦ ਆਉਂਦਾ, ਗਲੀ ਯਾਦ ਆਉਂਦੀ ਹੈ। ਕੋਈ ਸਾਧਨ ਬਣ ਜਾਏ ਤੇ ਮੈਂ ਗੁਜਰਾਂ ਵਾਲਾ ਹੋ ਕੇ ਆ। ਸਿਮਰਤੀ ਦੇ ਵਿੱਚ ਬਹੁਤ ਕੁਛ ਪਿਆ, ਬਹੁਤ ਕੁਛ ਪਿਆ। ਗੁਜ਼ਰਿਆ ਹੋਇਆ ਸੁੱਖ ਯਾਦ ਆਵੇਗਾ, ਗੁਜ਼ਰਿਆ ਹੋਇਆ ਦੁੱਖ ਯਾਦ ਆਵੇਗਾ, ਪਰਮਾਤਮਾ ਯਾਦ ਨਹੀਂ ਆਉਂਦਾ। ਮਕਾਨ ਤੇ ਉਹ ਨਹੀਂ ਰਿਹਾ, ਯਾਦ ਆ ਰਿਹਾ, ਭਗਵਾਨ ਹਰ ਵਕਤ ਮੌਜੂਦ, ਹਰ ਵਕਤ ਮੌਜੂਦ, ਯਾਦ ਨਹੀਂ ਆਉਂਦਾ। ਦਾਦਾ ਤੇ ਨਹੀਂ ਰਿਹਾ, ਯਾਦ ਆ ਰਿਹਾ, ਪਰਮਾਤਮਾ ਹੈ, ਹਰ ਵਕਤ ਹੈ, ਸਦ ਜੀਵਨ ਹੈ, ਯਾਦ ਨਹੀਂ ਆ ਰਿਹਾ। ਉਹ ਸਿਮਰਤੀ ਦਾ ਹਿੱਸਾ ਨਹੀਂ ਬਣਦਾ, ਨਹੀਂ ਬਣਦਾ। ਇਸ ਨੂੰ ਬੜੀ ਗਹਿਰਾਈ ਨਾਲ ਲੈਣਾ। ਦਾਦੀ ਤੇ ਨਹੀਂ ਰਹੀ, ਉਹ ਮਕਾਨ ਵੀ ਨਹੀਂ ਰਿਹਾ। ਜੈਸੇ ਕੋਈ ਰੁਤਬਾ ਸੀ, ਉਹ ਤੇ ਯਾਦ ਆ ਰਿਹਾ, ਅੱਜ ਉਹ ਰੁਤਬਾ ਨਹੀਂ, ਲੋਕੀ ਲਿਖ ਦੇਣਗੇ ਐਕਸ, ਪਰ ਯਾਦ ਆਉਂਦਾ, ਉਹਦੀ ਛਾਪ ਬਣੀ ਹੋਈ ਹੈ। ਔਰ ਹਰ ਵਕਤ ਯਾਦ ਆਉਂਦਾ, ਆਪਣੇ ਲੈਟਰ ਹੈਡ ਤੇ ਵੀ ਐਕਸ ਲਿਖਿਆ ਹੈ, ਐਕਸ ਐਮ ਐਲ ਏ, ਐਕਸ ਐਮ ਪੀ, ਯਾਦ ਆਉਂਦਾ, ਪਰਮਾਤਮਾ ਹੈ ਨਹੀਂ ਯਾਦ ਆਉਂਦਾ। ਸੰਸਾਰ ਦੀ ਛਾਪ ਸਿਮਰਤੀ ਤੇ ਬੜੀ ਗਹਿਰੀ ਹੈ, ਨਿਰੰਕਾਰ ਦੀ ਛਾਪ ਹੈ ਹੀ ਕੋਈ ਨਹੀਂ, ਹੈ ਹੀ ਕੋਈ, ਹੈ ਕੋਈ। ਹੁਣ ਮੈਂ ਅਰਜ਼ ਕਰਾਂ, ਜਿਨ੍ਹਾਂ ਜਿਨ੍ਹਾਂ ਦੀਆਂ ਸਿਮਰਤੀਆਂ ਅੰਦਰ ਪਈਆਂ ਨੇ, ਉਹ ਹਨ ਕੋਈ ਨਹੀਂ, ਕੁਛ ਵੀ ਨਹੀਂ। ਮਿਲਿਆ ਸੀ ਦੁੱਖ, ਉਹ ਦੁੱਖ ਹੁਣ ਨਹੀਂ ਹੈ, ਪਰ ਸਿਮਰਤੀ ਉਹਦੀ ਪਈ ਹੈ।
ਮਿਲਿਆ ਸੀ ਸੁੱਖ, ਭਾਵੇਂ ਉਹ ਸੁੱਖ ਹੁਣ ਨਹੀਂ ਹੈ ਪਰ ਉਹਦੀ ਸਿਮਰਤੀ ਅੰਦਰ ਪਈ ਹੈ। ਹੈ ਪਰਮਾਤਮਾ ਹਰ ਵਕਤ ਹੈ, ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋ ਸੇ ਵੀ ਸੱਚ, ਹਰ ਵਕਤ ਹੈ ਅਨਾਦੀ ਹੈ, ਇਹਦੀ ਸਿਮਰਤੀ ਨਹੀਂ। ਅਗਰ ਇਹ ਇੱਕ ਦਫਾ ਸਿਮਰਤੀ ਦਾ ਹਿੱਸਾ ਬਣ ਜਾਏ ਫਿਰ ਕਦੀ ਭੁੱਲੇਗਾ ਹੀ ਨਹੀਂ, ਭੁੱਲੇਗਾ, ਹਰ ਵਕਤ ਸਿਮਰਤੀ ਦਾ ਅੰਗ ਬਣ ਜਾਏ। ਜੈਸੇ ਕਬੀਰ ਕਹਿੰਦੇ ਨੇ ਬਿਸਰਤ ਨਾ ਹੀ ਮਨ ਤਿਆਰੀ, ਕਿਧਰੇ ਇੱਕ ਦਫਾ ਯਾਦ ਆ ਜਾਏ। ਗੁਸਤਾਖੀ ਮਾਫ, ਹੱਥ ਜੋੜ ਕੇ ਬਾਰ ਬਾਰ ਮੈਂ ਮਾਫ਼ੀ ਮੰਗਾਂ, ਇਹਦਾ ਮਤਲਬ ਇੱਕ ਦਫਾ ਵੀ ਯਾਦ ਨਹੀਂ ਆਇਆ। ਹਜ਼ਾਰ ਦਫਾ ਪਾਠ ਜ਼ਰੂਰ ਕੀਤਾ ਹੋਵੇਗਾ, ਯਾਦ ਉਹ ਨਹੀਂ ਆਇਆ। ਹਜ਼ਾਰ ਦਫਾ ਕੀਰਤਨ ਜ਼ਰੂਰ ਸੁਣਿਆ ਹੋਵੇਗਾ, ਯਾਦ ਉਹ ਨਹੀਂ ਆਇਆ। ਅਗਰ ਯਾਦ ਆ ਜਾਏ ਤਾਂ ਬੋਲਦਾ ਹੀ ਨਹੀਂ, ਨਹੀਂ ਬੋਲਦਾ। ਬਿਸਰਤ ਨਾਹੀਂ ਮਨ ਤੇ ਹਰੀ, ਭੁੱਲਦਾ ਹੀ ਨਹੀਂ। ਕਿਉਂ? ਉਹਦੀ ਯਾਦ ਇਤਨਾ ਆਨੰਦ ਬਣਾ ਦਿੰਦੀ ਹੈ, ਉਹ ਤੇ ਹੈ ਯਾਦ ਕੀਤਾ ਹੋਇਆ ਭੁੱਲ ਗਿਆ ਔਰ ਸਿਮਰਤੀ ਦਾ ਹਿੱਸਾ ਅੰਦਰ ਬਣ ਗਿਆ, ਸਟਾਕ ਚਲੀ ਗਈ ਹੈ, ਸਿਮਰਤੀ ਗੋਡਾਊਨ ਦੇ ਚਲੀ ਗਈ, ਸਟੋਰ ਦੇ ਚਲੀ ਗਈ ਹੈ, ਸਟੋਰ ਕਰ ਦਿੱਤਾ ਉਸਨੂੰ। ਪਰਮਾਤਮਾ ਦੀ ਸਿਮਰਤੀ ਸਦਾ ਬਣੀ ਰਹਿੰਦੀ ਹੈ, ਕਿਉਂ? ਉਹ ਸਦਾ ਹੈ, ਸਦਾ ਹੈ, ਸਿਮਰਤੀ ਨਾਲ ਪਤਾ ਚੱਲ ਜਾਂਦਾ। ਉਹ ਸਦਾ ਹੈ, ਭੁੱਲਦਾ ਕਿਉਂ ਨੇ? ਉਹਦਾ ਸਿਮਰਨ ਮਹਾ ਆਨੰਦ, ਤੁਧ ਚਿਤ ਆਏ ਮਹਾ ਆਨੰਦਾ। ਹੁਣ ਮਹਾ ਆਨੰਦ ਨੂੰ ਕੌਣ ਭੁਲਾਏ, ਮਹਾਰਸ ਨੂੰ ਕੌਣ ਭੁਲਾਏ? ਭੁੱਲ ਉਹ ਸਕਦਾ ਜੋ ਹੈ ਤੇ ਨਹੀਂ ਹੋ ਗਿਆ। ਹੈਗੀ ਸੀ ਦਾਦੀ, ਅੱਜ ਨਹੀਂ ਹੈ, ਹੈਗਾ ਸੀ ਦਾਦਾ, ਅੱਜ ਨਹੀਂ ਹੈ, ਹੈਗਾ ਸੀ ਪਿਤਾ, ਅੱਜ ਨਹੀਂ ਹੈ, ਹੈਗਾ ਸੀ ਰੁਤਬਾ, ਅੱਜ ਨਹੀਂ ਹੈ, ਹੈਗੀ ਸੀ ਪ੍ਰਭਤਾ, ਅੱਜ ਨਹੀਂ ਹੈ, ਯਾਦ ਆਉਂਦੀ। ਪਰਮਾਤਮਾ ਹੈ ਸੋ ਹੈ, ਹੈ ਸੋ ਹੈ। ਇੱਕ ਦਫਾ ਯਾਦ ਆ ਜਾਏ, ਇੱਕ ਛਿਨ ਯਾਦ ਆ ਜਾਏ, ਨਹੀਂ ਭੁੱਲੇਗਾ, ਕਥਈ ਨਹੀਂ ਭੁੱਲੇਗਾ, ਇਹ ਪਹਿਚਾਨ ਹੈ, ਕਥਈ ਨਹੀਂ ਭੁੱਲੇਗਾ। ਕਿਉਂ? ਉਹਦਾ ਜਿਤਨਾ ਸਿਮਰਨ ਚਲੇਗਾ, ਯਾਦ ਚਲੇਗੀ, ਉਤਨਾ ਹੀ ਰਸ ਵੱਧਦਾ ਜਾਏਗਾ, ਉਤਨਾ ਹੀ ਆਨੰਦ ਵੱਧਦਾ ਜਾਏਗਾ। ਅੱਜ ਦੇ ਪਾਵਨ ਪਵਿੱਤਰ ਵਾਗ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਵਿਚਾਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਡੇ ਸਾਹਮਣੇ ਰੱਖ ਰਹੇ ਨੇ। ਤੁਛ ਬੁੱਧੀ ਅਨੁਸਾਰ ਜਿਹੜਾ ਖੁਲਾਸਾ ਮੈਂ ਕਰ ਸਕਦਾ ਸੀ, ਸਾਦੇ ਜਿਹਾ ਲਫਜ਼ਾਂ 'ਚ, ਸਰਲ ਜਿਹਾ ਭਾਸ਼ਾ 'ਚ, ਬਹੁਤ ਗਹਿਰੀ ਗੱਲ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਰ ਦਿੱਤੀ ਹੈ। ਮਨੁੱਖ ਕੋਲ ਬੜੀ ਪ੍ਰਬਲ ਸ਼ਕਤੀ ਹੈ, ਚੇਤੇ ਸ਼ਕਤੀ, ਜੋ ਯਾਦ ਆ ਰਿਹਾ ਹੈ, ਸੰਬੰਧ ਜੁੜਿਆ ਹੋਇਆ ਹੈ। ਦਾਦਾ ਭਾਵੇਂ ਨਹੀਂ ਰਿਹਾ ਪਰ ਯਾਦਾਂ ਕਰਕੇ ਸੰਬੰਧ ਜੁੜਿਆ ਹੋਇਆ ਹੈ। ਦਾਦੀ ਭਾਵੇਂ ਨਹੀਂ ਰਹੀ, ਯਾਦ ਕਰਕੇ ਸੰਬੰਧ ਜੁੜਿਆ ਹੋਇਆ ਹੈ। ਪਰਮਾਤਮਾ ਭਾਵੇਂ ਹੈ, ਸੰਬੰਧ ਟੁੱਟਿਆ ਹੈ, ਕਿਉਂਕਿ ਯਾਦ ਦੇ ਚ ਨਹੀਂ, ਸਿਮਰਤੀ ਦੇ ਚ ਨਹੀਂ। ਜੋ ਨਹੀਂ ਹੈ ਉਹ ਤੇ ਯਾਦਾਂ ਦਾ ਹਿੱਸਾ ਬਣੇ ਹੋਏ ਨੇ, ਯਾਦ ਆਉਂਦੇ, ਬਾਰ ਬਾਰ ਯਾਦ ਆਉਂਦੇ। ਜੋ ਹੈ ਯਾਦ ਨਹੀਂ ਆ ਰਿਹਾ, ਇਸ ਵਾਸਤੇ ਕਥਾ ਕੀਰਤਨ ਸੁਣਨਾ, ਸਤਸੰਗ ਕਰਨਾ, ਪਾਠ ਪੂਜਾ ਕਰਨਾ ਮਹਿਜ਼ ਇਸ ਵਾਸਤੇ ਕਿਧਰੇ ਇੱਕ ਦਫਾ ਯਾਦ ਆ ਜਾਏ, ਯਾਦ ਆ ਗਿਆ ਫਿਰ ਬੋਲੇਗਾ ਹੀ ਨਹੀਂ, ਫਿਰ ਕਬੀਰ ਵਾਲੀ ਹਾਲਤ ਬਣ ਜਾਏਗੀ। ਬਿਸਰਤ ਨਾ ਹੀ ਮਨ ਤੇ ਹਰੇ, ਇਤਨੇ ਪ੍ਰਬਲ ਯਾਦ ਆਨੰਦ, ਹੁਣ ਮੈਂ ਭੁਲਾਵਾਂ, ਭੁਲਾਉਣਾ ਵੀ ਚਾਹਵਾਂ ਤੇ ਨਹੀਂ ਭੁਲਾ ਸਕਦਾ। ਕੁਛ ਐਸਾ ਵੀ ਹੁੰਦਾ ਕਿਸੇ ਨੂੰ ਯਾਦ ਵੀ ਕਰਨਾ ਚਾਹੀਏ ਤੇ ਨਹੀਂ ਯਾਦ ਆਉਂਦਾ, ਸਿਮਰਤੀ ਬਹੁਤ ਥੱਲੇ ਪਈ ਆਉਂਦੀ ਹੈ, ਕਦੀ ਕਦਾਂ ਹੀ ਆਉਂਦਾ। ਤੋ ਇਸ ਤਰ੍ਹਾਂ ਦੀ ਵਿਚਾਰ ਇਸ ਪਾਵਨ ਪਵਿੱਤਰ ਵਾਕ ਵਿੱਚ ਸਤਿਗੁਰਾਂ ਨੇ ਦਿੱਤੀ ਹੈ। ਅਵਸ ਲੜੀਵਾਰ ਸਰਵਨ ਕਰੋ, ਇੱਕ ਦਫਾ ਪਿਆਰ ਨਾਲ ਆਖੋ ਸਤਨਾਮ ਸ੍ਰੀ ਸਤਨਾਮ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪੰਜਵਾਂ ਵਾਹਿਗੁਰੂ ਅੱਠਵਾਂ ਦੋ ਪਾਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਿਮਰਾਓ ਸਿਮਰ ਸਿਮਰ ਸੁਖ ਪਾਵਾਓ ਸਾਸ ਸਾਸ ਸੰਭਾਲੇ ਸਿਮਰਨ ਕਰੋ ਸਿਮਰਨ ਕਰੋ ਸੁਖ ਦੀ ਪ੍ਰਾਪਤੀ ਹੋਵੇਗੀ। ਸਾਸ ਸਾਸ ਦੇ ਵਿੱਚ ਉਸਦੀ ਸੰਭਾਲ ਕਰੋ, ਕੋਈ ਵੀ ਸਵਾਸ ਵਿਅਰਥ ਨਾ ਚਲਾ ਜਾਏ।
नंद लाल इस संबंध च कहिंदे ने कि एकदम यकदम बखेश राह ना बुरदम के सितम ऐ वाए नकदे जिंदगी राय गां गुजर। मेरी ते सारी नकदी बर्बाद हो गई, एकदम जो मेरे मौज सी उहदी याद तो बिना लंघ गए। बगैर अज यादे खुदा दम के गुजस्त अल गया मां गफलत है मां अल गया। बगैर प्रभु तेरी याद तो जेड़ा मेरा दम निकल गया है मैनू जीवन भर उसका अफसोस रहिंदा, अफसोस रहिंदा। कितने सुवास उसकी याद तो बिना चले जाते हैं। नंद लाल कहने जेड़ा एक सुवास तेरी याद तो बिना लंघ जाता है किसे कारण करके मैनू अफसोस बड़ा आता है, मैनू उसका दुख बड़ा आता है। क्योंकि दम ते सरमाया से दम ते ही कीमती धन से बर्बाद चला गया, अजाई चला गया। महाराज कहते हैं सात साल उहदी सिमरती करो, उहदा सिमरन करो, उहदी संभाल करो। हाँ जी, इह लोक परलोक संग सहाय जात कत मोहे रखवाले। ए इस लोक दे ते परलोक दे शरीर दे तल ते ते आत्मा दे तल ते, ए शरीरक लोक दे ते अध्यात्मक लोक दे रखवाला जिधर किधर सहायक है मददगार है। क्योंकि व्यापक है हर जगह, पुत्र सहायक नहीं हो सकता, मित्र सहायक नहीं हो सकता, क्योंकि हर जगह हो नहीं सकता। और वो ते हर जगह है, सदा अंग संगे अभंगम विभूते। इस वास्ते धन गुरु रामदास जी महाराज कहते ने जिथे हर आराधिए किधरे भी आराधना करो, उजाड़ दे बाजार दे घर दे बाहर दे सफर दे जिथे हर आराधिए तिथे हर मित सारी, किसे थां भी उसनु पुकारो याद करो मददगार मौजूद है ते व्यापक है। जिधर किधर महाराज कहते ने वह रखवाला है रक्षा करने वाला है। हाँ जी, गुर का वचन बसा जीए नाले। गुरु का शब्द गुरु का बोल हुण जीवन दे नाल वसदा है, बिल्कुल अंग संग रहिंदा है। हाँ जी, जल नहीं डूबा तस्कर नहीं लेवा पाहे ना साका जाले। बाहर दी संपदा नूं इह तिन खतरे हैं, चोर लै जा सकदा है, डकैत लै जा सकदा है, पानी डोब सकदी है, अग जला सकदी है। पर यह गुरु का वचन गुरु मेरे संग सदा है नाले, इस वचन नूं जल डोब नहीं सकदा, अगन जला नहीं सकदी, चोर चुरा नहीं सकदा। यह असली सरमाया है, असली धन है जो मेरे नाल है, मेरे कोल है। पातशाह जी कह रहे हैं रहा निरतन कौ तन अंगले कौ टेक मात दूध जैसे बाले। हे प्रभु तेरी होंद तेरा नाम गुरु दा शब्द इंज है जिमें निर्धन नूं खुला धन मिल जाए, जिमें अंधे नूं अखां मिल जाण डंगोरे मिल जाए, जिमें तड़पदे होए रोंदे होए बच्चे नूं मां दा दुध मिल जाए। हे प्रभु तेरा नाम इस तरह है, तेरा शब्द इस तरह है। हाँ जी, सागर मह बोहित पायो हर नानक करी कृपा कृपाले। तेरा नाम इस तरह है जिमें डुबदे हुए सागर दे जहाज मिल गए, बेड़ा मिल गया। तेरी कृपा तेरी रहमत तेरा नाम मिले है और महसूस हो रहा है। ये तो इस तरह है जिमें बच्चे नो दुध मिल गया, निर्धन नो धन मिल गया, अंधे नो अखां मिल गई ने, डुबदे नो बहुत मिल गए। तेरी कृपा है तेरी रहमत है, सतगुरु मेहर करन प्रभु साड़ी सिमरती का हिस्सा बने। जिमें संसार साड़ी सिमरती का हिस्सा है, निरंकार सिमरती का हिस्सा बने। जिमें पदार्थ साड़ी सिमरती का हिस्सा ने, परमात्मा साड़ी सिमरती का हिस्सा बने। जो पदार्थ नहीं रहे बार बार याद करन नाल वो मिलने नहीं है, पर परमात्मा है एक दफा सिमरती दिच आ गया तो फिर बिछोड़ा ही नहीं, फिर सदीवी मिलाप हो गया। विछड़िया हो मिलिया हो ना बिछड़े, जे मिलिया हो सदीवी मिलाप हो जाता है, सदीवी आनंद की प्राप्ति हो जाती है। इत्थे ही समाप्ति, सारियां दा हार्दिक तौर पर धन्यवाद। बुल चुक दी शमा, वाहेगुरु जी का खालसा।
ਵਾਹਿਗੁਰੂ।